ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਬੀਤੀ ਰਾਤ ਦਿੱਲੀ ਦੇ ਬ੍ਰਿਜਪੁਰੀ ਇਲਾਕੇ ਵਿੱਚ ਨਾਗਰਿਕਤਾ ਸ਼ੋਧ ਕਾਨੂੰਨ ਖਿਲਾਫ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਜਿਸ ਤੋਂ ਬਾਅਦ ਹੋਈ ਪੱਥਰਬਾਜ਼ੀ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਇਸ ਸੰਬੰਧੀ ਡੀਸੀਪੀ ਉੱਤਰ ਪੂਰਬੀ ਆਰਪੀ ਮਾਣਾ ਨੇ ਦੱਸਿਆ ਕਿ 300-400 ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਕਿ ਅਚਾਨਕ ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਕੁਝ ਲੋਕ ਜ਼ਖਮੀ ਹੋਏ ਹਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਖਿੰਡ ਗਏ ਫਿਲਹਾਲ ਪੁਲਿਸ ਵੱਲੋਂ ਸਥਿਤੀ ਉੱਪਰ ਕਾਬੂ ਪਾ ਲਿਆ ਗਿਆ ਹੈ ਅਤੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈ ਬਾਅਦ ਮੈਂ ਅਚਾਨਕ ਸੇ ਉਹਨਾਂ ਨੇ ਪਥਰਾਵ ਕਰਨਾ ਸ਼ੁਰੂ ਕਰ ਦਿਆ ਉਸ ਕੇ ਬਾਅਦ ਆਪ ਦੇਖ ਰਹੇ ਹੈ ਕਿ ਇਹ ਬ੍ਰਿਜਪੁਰੀ ਪੁਲੀਆ ਸੇ ਆਗੇ ਤੱਕ ਜੋ ਹੈ ਵੋ ਪੱਥਰ ਹੀ ਪੱਥਰ ਪੜੇ ਹੋਏ ਹੈ ਹਮ ਲੋਗੋਂ ਨੇ ਜੋ ਹੈ ਉਹ ਆਸ ਪਾਸ ਕੇ ਲੋਗੋਂ ਸੇ ਵੀ ਬਾਤ ਕਰੀ ਹੈ ਔਰ ਉਨ ਲੋਗੋਂ ਨੇ ਇਨਕੋ ਸਮਝਾਇਆ ਵੀ ਧੀਰੇ ਧੀਰੇ ਸਭੀ ਲੋਕ ਡਿਸਪਰਸ ਹੋ ਗਏ ਸਿਚੁਏਸ਼ਨ ਅੰਡਰ ਕੰਟਰੋਲ ਕੋ ਸ਼ਾਇਦ ਇੰਜਰੀ ਹੋਈ ਹੈ ਅਭੀ ਮੈਂ ਚੈੱਕ ਕਰਵਾਉਂਗਾ ਹਸਪੀਟਲਸ ਮੈਂ ਕਿ ਕਿਸ ਕਿਸ ਕੋ ਕਿਤਨੀ ਇੰਜਰੀ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼